ਪੰਜਾਬੀਆਂ ਦੀ ਵਿਰਾਸਤ, ਸਾਡੇ ਰਸਮ ਰਿਵਾਜ, ਸਾਡਾ ਸੱਭਿਆਚਾਰ, ਅਮੀਰ ਸੱਭਿਆਚਾਰ ਜਿਸ ਦੀ ਅਸੀਂ ਅਕਸਰ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ, ਮੈਂ ਰੂਬੀ ਕੁਸ਼ਲ। ਸੋਚ ਤਾਂ ਇਹ ਰਹੇ ਹੋਣੇ ਆ ਕਿ ਅੱਜ ਪੰਜਾਬੀਆਂ ਦੀ ਗੱਲ ਕਰ ਰਹੀ ਹਾਂ ਅਤੇ ਹੱਥ 'ਚ ਮੂੰਗਫਲੀਆਂ। ਤੁਹਾਨੂੰ ਦੱਸਣਾ ਹੀ ਭੁੱਲ ਗਈ ਕਿ ਹੈਪੀ ਲੋਹੜੀ ਮੇਰੇ ਵੱਲੋਂ ਸਾਰਿਆਂ ਨੂੰ, ਘਰ ਪਰਿਵਾਰ ਨੂੰ, ਸਭ ਨੂੰ ਹੈਪੀ ਲੋਹੜੀ। ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ। ਹਰ ਘਰ ਦੇ ਵਿੱਚ ਲੋਹੜੀ ਮਨਾਈ ਜਾਵੇ। ਲੋਹੜੀ ਕਿਉਂ ਮਨਾਉਂਦੇ ਹਾਂ? ਅਕਸਰ ਸੋਚਿਆ ਜਾਂਦਾ ਹੈ ਕਿ ਲੋਹੜੀ ਮਨਾਈ ਕਿਉਂ ਜਾਂਦੀ ਹੈ। ਲੋਹੜੀ ਮਨਾਉਣ ਦੇ ਹਰ ਇੱਕ ਦੇ ਆਪਣੇ ਆਪਣੇ ਰੀਜ਼ਨ ਨੇ। ਵੈਸੇ ਵੀ ਤਿਉਹਾਰ ਇੱਥੇ ਹਰ ਦਿਨ ਨਵਾਂ ਅਤੇ ਨਵਾਂ ਚੜ੍ਹੀ ਆਉਂਦਾ ਹੈ ਅਤੇ ਸਭ ਤੋਂ ਪਹਿਲਾ ਤਿਉਹਾਰ ਨਵੇਂ ਸਾਲ ਦਾ, ਸਾਡੇ ਨਵੇਂ 365 ਦਿਨਾਂ ਦਾ, ਉਹ ਹੁੰਦਾ ਹੈ ਲੋਹੜੀ ਦਾ ਤਿਉਹਾਰ, ਜਿਹੜਾ ਕਿ ਹਰ ਘਰ ਦੇ ਵਿੱਚ ਮਨਾਇਆ ਜਾਂਦਾ ਹੈ। ਉਸਨੂੰ ਮਨਾਉਣ ਦਾ ਰੀਜ਼ਨ ਪਤਾ ਕੀ ਹੁੰਦਾ? ਕਿ ਜਿੱਥੇ ਖੁਸ਼ੀਆਂ ਹੁੰਦੀਆਂ ਨਾ, ਅਸੀਂ ਉੱਥੇ ਤਿਉਹਾਰ ਮਨਾਉਣ ਲੱਗ ਜਾਂਦੇ ਹਾਂ। ਇੱਕ ਗੱਲ ਕਹੂੰਗੀ, ਜਿੱਥੇ ਕਿਸੇ ਦੀ ਮੌਤ ਹੋ ਜੇ ਜਾਂ ਫਿਰ ਕਿਸੇ ਦੇ ਘਰ ਕੋਈ ਖੁਸ਼ੀ ਨਾ ਹੋਵੇ, ਉੱਥੇ ਅਸੀਂ ਤਿਉਹਾਰ ਨਹੀਂ ਮਨਾਉਂਦੇ ਕਦੇ ਕਿਸੇ ਵੀ ਘਰ 'ਚ, ਹੈ ਨਾ? ਕਿਉਂਕਿ ਫਿਰ ਸਿੱਧਾ ਜਿਹਾ ਸੰਬੰਧ ਹੋ ਗਿਆ ਇਹਨਾਂ ਦਾ, ਲੋਹੜੀ ਦਾ ਹੋ ਗਿਆ, ਦਿਵਾਲੀ ਦਾ ਹੋ ਗਿਆ, ਕਿਸੇ ਵੀ ਫੈਸਟੀਵਲ ਦਾ ਜਾਂ ਕਿਸੇ ਵੀ ਤਿਉਹਾਰ ਦਾ ਜਿਹੜਾ ਸੰਬੰਧ ਹੈ ਉਹ ਸਾਡੀਆਂ ਖੁਸ਼ੀਆਂ ਨਾਲ ਜੁੜਿਆ ਹੋਇਆ। ਜਦੋਂ ਅਸੀਂ ਖੁਸ਼ ਹੁੰਦੇ ਹਾਂ ਤਾਂ ਹਰ ਦਿਨ ਤਿਉਹਾਰ ਵਾਂਗ ਹੁੰਦਾ ਹੈ। ਕਿਹਾ ਵੀ ਜਾਂਦਾ ਅਕਸਰ ਸਾਡੇ ਘਰਾਂ ਦੇ ਵਿੱਚ ਕਿ ਹਰ ਦਿਨ ਅੱਜ ਤਿਉਹਾਰ ਲੱਗ ਰਿਹਾ ਹੈ, ਹੈ ਨਾ? ਜਦੋਂ ਵਿਆਹ ਹੁੰਦਾ ਨਾ ਤਾਂ ਇੱਦਾਂ ਹੀ ਕਹਿੰਦੇ ਆ ਨਾ, ਯਾਰ ਅੱਜ ਰੌਣਕਾਂ ਲੱਗੀਆਂ ਹੋਈਆਂ ਘਰੇ, ਇੰਝ ਲੱਗਦਾ ਕਿ ਤਿਉਹਾਰ ਹੀ ਹੈ ਅੱਜ ਨਵਾਂ ਕੋਈ, ਹੈ ਨਾ? ਲੋਹੜੀ ਦਾ ਸੰਬੰਧ ਦੱਸਾਂਗੀ, ਗੱਲਾਂ ਕਰਦੀ ਕਰਦੀ ਪਤਾ ਨਹੀਂ ਕਿੱਧਰ ਪਹੁੰਚ ਜਾਂਦੀ ਆ। ਲੋਹੜੀ ਦਾ ਸੰਬੰਧ ਦੱਸੂੰਗੀ ਕਿ ਮੂੰਗਫਲੀ ਨਾਲ ਹੈ, ਅਗਨੀ ਨਾਲ ਹੈ, ਦੁੱਲਾ ਪੱਠੀ ਦੇ ਨਾਲ ਹੈ, ਪੱਠੀ ਦਾ ਸੰਬੰਧ, ਦੁੱਲੇ ਦਾ ਸੰਬੰਧ, ਅਗਨੀ ਦਾ ਸੰਬੰਧ, ਕੁੜੀਆਂ ਦਾ ਸੰਬੰਧ, ਚਿੜੀਆਂ ਦਾ ਸੰਬੰਧ ਇਸ ਤਿਉਹਾਰ ਦੇ ਨਾਲ ਹੈ। ਇਸ ਦੇ ਬਾਰੇ ਜਿਹੜੀ ਪੂਰੀ ਜਾਣਕਾਰੀ ਹੈ ਹੁਣ ਮੈਂ ਤੁਹਾਨੂੰ ਰੂਬਰੂ ਕਰਦੀ ਹਾਂ। ਸਤਿ ਸ਼੍ਰੀ ਅਕਾਲ ਜੀ। ਲੋਹੜੀ ਦਾ ਤਿਉਹਾਰ ਜੋ ਕਿ ਸਾਂਝੀਵਾਲਤਾ ਦਾ ਪ੍ਰਤੀਕ ਹੈ, ਲੋਹੜੀ ਜੋ ਕਿ ਇਸ ਦਿਨ ਸਾਰੇ ਛੋਟੇ ਵੱਡੇ, ਬੱਚੇ ਬਜ਼ੁਰਗ ਇਕੱਠੇ ਹੋ ਕੇ ਰਲ ਮਿਲ ਕੇ ਲੋਹੜੀ ਮਨਾਉਂਦੇ ਹਨ। ਅੱਜ ਇਸ ਵੀਡੀਓ ਰਾਹੀਂ ਮੈਂ ਆਪਣੀਆਂ ਕੁਝ ਲਾਈਨਾਂ ਸਾਂਝੀਆਂ ਕਰਨ ਲੱਗੀ ਹਾਂ। ਉਮੀਦ ਕਰਦੀ ਹਾਂ ਕਿ ਤੁਹਾਨੂੰ ਪਸੰਦ ਆਉਣਗੀਆਂ। ਲੋਹੜੀ ਆਈ, ਲੋਹੜੀ ਆਈ, ਰੇਵੜੀਆਂ ਮੂੰਗਫਲੀ ਨਾਲ ਲਿਆਈ। ਲੋਹੜੀ ਆਈ, ਲੋਹੜੀ ਆਈ, ਕਿਸੇ ਦੇ ਘਰ ਪੋਤਰਾ ਹੋਇਆ, ਕਿਸੇ ਦੀ ਨਵੀਂ ਨਹੁੰ ਆਈ। ਲੋਹੜੀ ਆਈ, ਲੋਹੜੀ ਆਈ, ਰਲ ਮਿਲ ਸਭ ਨੇ ਦਿੱਤੀ ਵਧਾਈ। ਲੋਹੜੀ ਆਈ, ਲੋਹੜੀ ਆਈ, ਖੁਸ਼ੀਆਂ ਖੇੜੇ ਨਾਲ ਲਿਆਈ। ਰਲ ਮਿਲ ਫੁੱਲੇ ਤੇ ਮੂੰਗਫਲੀ ਬਣਾਈ, ਬੱਚਿਆਂ ਨੇ ਖੁਸ਼ੀ ਮਨਾਈ। ਲੋਹੜੀ ਆਈ, ਲੋਹੜੀ ਆਈ, ਸੁੰਦਰ ਮੁੰਦਰੀਏ ਕਹਿ ਜਵਾਕ ਲੋਹੜੀ ਮਨਾਉਂਦੇ ਨੇ, ਗਲੀਆਂ ਵਿੱਚ ਬਹੁਤ ਰੌਣਕਾਂ ਲਾਉਂਦੇ ਨੇ। ਰਲ ਮਿਲ ਸਭ ਨੇ ਤਿਲ ਚੋਲੀ ਬਣਾਈ, ਇਕੱਠੇ ਹੋ ਕੇ ਪੁੱਗੇ ਵਿੱਚ ਪਾਈ। ਲੋਹੜੀ ਆਈ, ਲੋਹੜੀ ਆਈ। ਸੋ ਸਾਰਿਆਂ ਨੂੰ ਮੇਰੇ ਵੱਲੋਂ ਹੈਪੀ ਲੋਹੜੀ। ਅਗਰ ਤੁਸੀਂ ਚੈਨਲ 'ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ, ਅਤੇ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਨਾ। ਥੈਂਕ ਯੂ। ਮੈਨੂੰ ਪਤਾ ਤੁਸੀਂ ਵੀ ਖਾਂਦੇ ਹੋਣੇ ਆਪਣੇ ਘਰੇ ਬੈਠ ਕੇ, ਸਾਰੇ ਆਪਣੀ ਫੈਮਿਲੀ ਕੋਲ ਬੈਠ ਕੇ। ਸੋ ਹੈਪੀ ਲੋਹੜੀ, ਸਾਰਿਆਂ ਨੇ ਬੜਾ ਇੰਜੋਏ ਕਰਨਾ। ਸੋ ਇੱਕ ਗੱਲ ਜ਼ਰੂਰ ਕਹੂੰਗੀ ਕਿ ਨਾ, ਤੁਸੀਂ ਕੁੜੀਆਂ ਦੀ ਲੋਹੜੀ ਜ਼ਰੂਰ ਪਾਉਣਾ। ਜੇ ਕੁੜੀਆਂ ਦੀ ਲੋਹੜੀ ਪਾਓਗੇ ਨਾ ਤਾਂ ਹੀ ਮੁੰਡਿਆਂ ਦੀ ਲੋਹੜੀ ਪਏਗੀ। ਸੋ ਇਸ ਵਾਰ ਦੀ ਲੋਹੜੀ ਕੁੜੀਆਂ ਦੇ ਨਾਮ, ਹੈਪੀ ਲੋਹੜੀ।